ਕਸਮ ਹਸ਼ਰ ਦੀ ਕਚਹਿਰੀ ਹਸ਼ਰ ਦੀ ਕਚਹਿਰੀ ਹਸ਼ਰ ਵਿੱਚ ਸਭ ਤੋਂ ਪਹਿਲੇ ਇਨਸਾਫ ਕਿੱਦਾਂ ਹੋਏਗਾ ਮੈਦਾਨੇ ਮਾਸ਼ਰ ਜਦੋਂ ਲੱਗਣਾ ਹੈ ਸਭ ਤੋਂ ਪਹਿਲੇ ਇਨਸਾਫ ਕਿੱਦਾਂ ਹੋਏਗਾ ਬਕੌਲ ਮੇਰੇ ਉਸਤਾਦ ਜਨਾਬ ਸੂਫੀ ਅਜ਼ਮਤ ਸਾਰੇ ਪਾਕਿਸਤਾਨ ਕੌਣ ਨਹੀਂ ਜਾਣਦਾ ਉਹਨਾਂ ਨੂੰ ਉਹ ਸ਼ਖਸੀਅਤ ਨੂੰ ਕੁੱਲ ਜਾਣਦੇ ਨੇ ਉਹਨਾਂ ਫਰਮਾਇਆ ਕਿ ਮੈਨੂੰ ਇੱਕ ਖਾਬ ਆਇਆ ਜਨਾਬ ਸੂਫੀ ਅਜ਼ਮਤ ਸਾਹਿਬ ਨੇ ਫਰਮਾਇਆ ਕਿ ਮੈਨੂੰ ਇੱਕ ਖਾਬ ਆਇਆ ਉਹ ਜਨਾਬ ਸੂਫੀ ਅਜ਼ਮਤ ਸਾਹਿਬ ਦਾ ਖਾਬ ਮੈਂ ਪੇਸ਼ ਕਰਨ ਲੱਗਾ ਇਸ ਖਾਬ ਦਾ ਨਾਮ ਹੈ ਹਸ਼ਰ ਦੀ ਕਚਹਿਰੀ ਰਾਤੀ ਕਾਇਨਾਤ ਸਾਰੀ ਪਲ ਵਿੱਚ ਆਪਣਾ ਰੰਗ ਬਦਲਾ ਗਈ ਡਿੱਠਾ ਖਾਬ ਰਾਤੀ ਕਾਇਨਾਤ ਸਾਰੀ ਪਲ ਵਿੱਚ ਆਪਣਾ ਰੰਗ ਬਦਲਾ ਗਈ ਹੋ ਗਏ ਸਭ ਜ਼ਮੀਨ ਅਸਮਾਨ ਤਾਂਬਾ ਤੇ ਤਪਸ਼ ਜ਼ਮੀਂ ਅਸਮਾਨ ਜਲਾ ਗਈਏ ਮੁਰਦੇ ਮੁਰਦੇ ਕਬਰਾਂ ਦੇ ਵਿੱਚੋਂ ਪੈ ਉੱਠ ਰਹੇ ਨੇ ਮੁਰਦੇ ਕਬਰਾਂ ਦੇ ਵਿੱਚੋਂ ਉੱਠ ਰਹੇ ਨੇ ਤੇ ਹਾਲ ਹਾਲ ਦੀ ਪੈ ਗੁਹਾ ਗਈਏ ਹਾਲ ਹਾਲ ਦੀ ਪੈ ਗੁਹਾ ਗਈਏ ਹਾਲ ਹਾਲ ਦੀ ਪੈ ਗੁਹਾ ਗਈਏ ਹਾਲ ਹਾਲ ਤੇ ਕੀ ਹੋਇਆ ਰਹੀ ਪੁੱਤ ਨੂੰ ਯਾਦ ਨਾਮਾ ਅਜ਼ਮਤ ਰਹੀ ਪੁੱਤ ਨੂੰ ਯਾਦ ਨਾਮਾ ਤੇ ਮਾਂ ਪੁੱਤ ਦੀ ਹੋਸ਼ ਭੁਲਾ ਗਈਏ ਮਾਂ ਪੁੱਤ ਦੀ ਹੋਸ਼ ਭੁਲਾ ਗਈਏ ਮਾਂ ਮੁਰਦੇ ਮੁਰਦੇ ਕਬਰਾਂ ਦੇ ਵਿੱਚੋਂ ਪੈ ਉੱਠ ਜਾਏ ਨੇ ਤੇ ਹਾਲ ਹਾਲ ਦੀ ਪੈ ਕੁਹਾ ਗਈਏ ਤੇ ਰਹੀ ਪੁੱਤ ਨੂੰ ਯਾਦ ਨਾ ਮਾਂ ਅਜ਼ਮਤ ਮਾਂ ਪੁੱਤ ਦੀ ਹੋਸ਼ ਭੁਲਾ ਗਈਏ ਤੇ ਹੈ ਕੀ ਨਫਸੋ ਨਫਸੀ ਦਾ ਸ਼ੋਰ ਹੈ ਹਰ ਪਾਸੇ 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 ਸੁਣਦਾ ਕਿਸੇ ਦੀ ਕੋਈ ਫਰਿਆਦ ਨਹੀਂ ਸੁਣਦਾ ਕਿਸੇ ਦੀ ਕੋਈ ਫਰਿਆਦ ਨਹੀਂ ਇਹ ਸੁਣਦਾ ਕਿਸੇ ਦੀ ਕੋਈ ਫਰਿਆਦ ਨਹੀਂ ਸੁਣਦਾ ਕਿਸੇ ਦੀ ਕੋਈ ਫਰਿਆਦ ਨਹੀਂ ਇਹ ਆਪੋ ਆਪਣੀ ਸਭ ਨੂੰ ਕਹੀ ਹੋਈਏ 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 ਅੱਜ ਕੋਈ ਵੀ ਕਿਸੇ ਨੂੰ ਯਾਦ ਨਹੀਂ ਅੱਜ ਕੋਈ ਵੀ ਕਿਸੇ ਨੂੰ ਯਾਦ ਨਹੀਂ ਅੱਜ ਕੋਈ ਵੀ ਯਾਦ
نفسی دا شور ہے سندا کسے دی کوئی فریاد نہیں سندا کسے دی کوئی فریاد نہیں اپ اپنی سب نو پئی ہوئی ہے اج کوئی بھی کسے نو یاد نہیں حشر دا میدان لگن لگا ہے سامنے ایک کڑی بعد ایک صاف میدان اندر ذات رب دی تخت تے بہ گئی ہے ایک کڑی بعد ایک صاف میدان اندر ذات رب دی تخت تے بہ گئی ہے میں قربان رحمان ایک طرف سجی میں قربان رحمان ایک طرف سجی کرسی پاک محمد دی بہ گئی ہے کرسی پاک محمد دی بہ گئی ایک صاف میدان اندر ذات رب دی تخت تے بہ گئی ہے میں قربان رحمان دی طرف سجی تے کرسی سونے محمد دی ڈہ گئی سرکار دو عالم سجے پاسے بہ گئے ذات رب العالمین دے تخت دے سجے پاسے سرکار بیٹھے نے میں سد کے جان نبی ویخ سرکار ول کہہ رہے نے نبی ویخ سرکار ول کہہ رہے نے کیا اج رہ محمد دی رہ گئی ہائے اج رہ محمد دی رہ گئی اے نوری ناری آبی خاکی کل خلقت نوری ناری آبی خاکی کل خلقت نوری ناری آبی نوری ناری آبی خاکی کل لے کے عمل نامے قدمی ٹہ گئی ہے لے کے عمل نامے قدمی ٹہ گئی ہے نبی ویک سرکار ول کہہ رہے نے اج رہ محمد دی رہ گئی ہے نوری ناری آبی خاکی کل خلقت لے کے عمل نامے قدمی ٹہ گئی تے پریا حشر دے نال میدان سارا پریا حشر دے نال میدان سارا تے آسی روم دے تے قرلام دے نے تے لے کے عمل نامے میرے پیش ہوو تے پھر رب کریم فرمام دے نے لے کے اللہ دی ذات نے فرمایا کہ جتنے بھی ہیں گناہگار یا ایبی ثوابی سب اب وہ اپنے عملہ میں لے کے میرے پیش آ جاؤ تو سب تو پہلے کون آیا ہے اللہ دی ذات دے سامنے سب تو پہلے کون گیا ہے اسی وقت وہی
ਵਹੀ ਬੀਬੀ ਫਾਤਿਮਾ ਦਾ ਤੇ ਕੋਲ ਰੱਬ ਦੇ ਲੈ ਪੈਗਾਮ ਆਵੇ ਕੋਲ ਰੱਬ ਦੇ ਲੈ ਪੈਗਾਮ ਆਵੇ ਪਹਿਲੇ ਹਸ਼ਰ ਤੋਂ ਕਰ ਇਨਸਾਫ ਮੇਰਾ ਮੈਨੂੰ ਪਲਕ ਨਾ ਪਿਆ ਵੋ ਆਰਾਮ ਆਵੇ ਜਨਾਬ ਬੀਬੀ ਫਾਤਮਾ ਤੋਂ ਜ਼ਾਰਾ ਪਾਕ ਖੈਰੁਨਸਾ ਸਲਾਮੁਲਲਾ ਅਲੈਹਾ ਫਰਮਾਉਂਦੀਆਂ ਨੇ ਮੌਲਾ ਸਭ ਤੋਂ ਪਹਿਲੇ ਮੇਰਾ ਇਨਸਾਫ ਕਰਨਾ ਜੇ ਮੈਨੂੰ ਪਲਕ ਆਰਾਮ ਨਹੀਂ ਆ ਰਿਹਾ ਬੀਬੀ ਪਾਕ ਦੇ ਅਲਫਾਜ਼ ਸੁਣੇ ਤੋ ਅੱਲਾ ਫਰਮਾਉਂਦੇ ਨੇ ਅੱਲਾ ਸੁਣਦਿਆਂ ਆਖਿਆ ਬਿਸਮਿਲਲਾ ਅੱਲਾ ਸੁਣਦਿਆਂ ਆਖਿਆ ਬਿਸਮਿਲਲਾ ਅੱਲਾ ਸੁਣਦਿਆਂ ਆਖਿਆ ਬਿਸਮਿਲਲਾ ਦੁਖਤਰ ਨਬੀ ਦੀ ਜ਼ੌਜਾ ਇਮਾਮ ਆਵੇ ਦੁਖਤਰ ਨਬੀ ਦੀ ਜ਼ੌਜਾ ਇਮਾਮ ਆਵੇ ਦੁਖਤਰ ਨਬੀ ਦੀ ਜ਼ੌਜਾ ਇਮਾਮ ਆਵੇ ਵਹੀ ਆਖਿਆ ਹੁਕਮ ਹੈ ਆਓ ਬੀਬੀ ਆਓ ਬੀਬੀ ਵਹੀ ਆਖਿਆ ਹੁਕਮ ਹੈ ਆਓ ਵਹੀ ਆਖਿਆ ਹੁਕਮ ਹੈ ਆਓ ਬੀਬੀ ਅੱਲਾ ਆਖਦਾ ਆਲੀ ਮਕਾਮ ਆਵੇ 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 ਵਹੀ ਆਖਿਆ ਵਹੀ ਆਖਿਆ ਹੁਕਮ ਹੈ ਆਓ ਬੀਬੀ ਅੱਲਾ ਆਖਦਾ ਆਲੀ ਮਕਾਮ ਆਵੇ ਅੱਲਾ ਪਾਕ ਨੇ ਫਰਮਾਇਆ ਬੀਬੀ ਪਾਕ ਇਜਾਜ਼ਤ ਆਓ ਆਓ ਮੈਂ ਅਰਜ਼ ਕਰਨਾ ਕਿ ਬੀਬੀ ਪਾਕ ਦੀ ਪੋਜੀਸ਼ਨ ਕੀ ਸੀ ਜਿਸ ਪੋਜੀਸ਼ਨ ਨਾਲ ਖੁਦਾ ਪਾਕ ਦੇ ਸਾਹਮਣੇ ਪੇਸ਼ ਹੋਏ ਨੇ ਬੀਬੀ ਪਾਕ ਦੀ ਪੋਜੀਸ਼ਨ ਕੀ ਸੀ ਸਿਰ ਵਿੱਚ ਖਾਕ ਤੇ ਫੱਟੀ ਪੋਸ਼ਾਕ ਪਾਈ 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 ਬੀਬੀ ਵੱਲ ਦਰਬਾਰ ਦੇ ਜਾ ਰਹੀਏ ਬੀਬੀ ਵੱਲ ਦਰਬਾਰ ਦੇ ਜਾ ਰਹੀਏ ਇਹ ਸਿਰ ਵਿੱਚ ਖਾਕ ਤੇ ਫੱਟੀ ਪੋਸ਼ਾਕ ਪਾਈ ਸਿਰ ਵਿੱਚ ਖਾਕ ਤੇ ਫੱਟੀ ਪੋਸ਼ਾਕ ਪਾਈ ਬੀਬੀ ਵੱਲ ਦਰਬਾਰ ਦੇ ਜਾ ਰਹੀਏ 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 ਅੱਲਾ ਵੇਖ ਕੇ ਆ ਸਾਰੇ ਝੁਕ ਜਾਓ ਅੱਲਾ ਵੇਖ ਕੇ ਆ ਸਾਰੇ ਝੁਕ ਜਾਓ ਬੇਟੀ ਮੇਰੇ ਮਹਬੂਬ ਦੀ ਆ ਰਹੀ ਹੈ ਬੇਟੀ ਮੇਰੇ ਮਹਬੂਬ ਦੀ ਆ ਰਹੀ ਬੇਟੀ ਮੇਰੇ ਮਹਬੂਬ ਦੀ ਆ ਰਹੀ ਹੈ ਬੇਟੀ ਮੇਰੇ ਮਹਬੂਬ ਬੇਟੀ ਮੇਰੇ ਮਹਬੂਬ ਦੀ ਆ ਰਹੀ ਹੈ ਬੇਟੀ ਮੇਰੇ ਮਹਬੂਬ ਦੀ ਆ ਰਹੀ ਹੈ ਪੋਜੀਸ਼ਨ ਸਿਰ ਵਿੱਚ ਖਾਕ ਤੇ ਫੱਟੀ ਪੋਸ਼ਾਕ ਪਾਈ ਤੇ ਬੀਬੀ ਵੱਲ ਦਰਬਾਰ ਦੇ ਜਾ ਰਹੀਏ ਤੇ ਅੱਲਾ ਵੇਂਦਿਆਂ ਆਖਿਆ ਬਿਸਮਿਲਲਾ ਅੱਲਾ ਆਖਿਆ ਸਾਰੇ ਝੁਕ ਜਾਓ ਬੇਟੀ ਮੇਰੇ ਮਹਬੂਬ ਦੀ ਆ ਰਹੀ ਅੱਲਾ ਵੇਖਿਆ ਸਾਰੇ ਝੁਕ ਜਾਓ ਕਿਉਂਕਿ ਬੇਟੀ ਮੇਰੇ ਮਹਿਬੂਬ ਦੀ ਆ ਰਹੀ ਹੈ ਤਾਂ ਕਿਹਾ ਹੋਗਾ ਸਾਰੇ ਹਸ਼ਰ ਦੀਆਂ ਨਜ਼ਰਾਂ ਝੁਕ ਗਈਆਂ 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 ਬੀਬੀ ਆਣ ਕੇ ਪੇਸ਼ ਸਵਾਲ ਕੀਤਾ 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 ਇਹ ਬੀਬੀ ਆਣ ਕੇ ਪੇਸ਼ ਸਵਾਲ ਕੀਤਾ ਬੀਬੀ ਆਣ ਕੇ ਪੇਸ਼ ਸਵਾਲ ਕੀਤਾ ਰੱਬਾ ਕਿਹੜੇ ਗੁਨਾਹ ਥੀ ਸ਼ਾਮੀਆਂ ਨੇ ਸ਼ਾਮੀਆਂ ਨੇ ਮੇਰਾ ਲਾਲ ਕਮਾਲ ਹਲਾਲ ਕੀਤਾ ਮੇਰਾ ਲਾਲ ਕਮਾਲ ਹਲਾਲ ਕੀਤਾ ਮੇਰਾ ਲਾਲ ਕਮਾਲ
सारे हशर दिया नजरां झुक गईयां ते बीबी आन के पेश सवाल कीता ते रब्बा केड़े गुनाह थी ए शामियां ने मेरा लाल कमाल हलाल कीता। बीबी पाक दस देने अब्बा मौला मैंने दसो एक गल दा जवाब कुठा सेरियां वालड़ा चन कासम ते ज़िबा अकबर नू खंजर दे नाल कीता ते कुठे आउनो मुहम्मद यतीम करके उठे आउनो मुहम्मद यतीम करके ते कतल नाल तीरा असगर बाल कीता कतल नाल तीरा असगर बाल कीता। तो बीबी पाक दसते ने मौला ए मैनू गल दा जवाब दियो केड़ा ऐप दिथा इना सैयदां दा केड़ा ऐप दिथा इना सैयदां दा पानी लई तरसा तरसा मारे पानी लई तरसा तरसा मारे पानी लई तरसा तरसा मारे मेरे लाल हुसैन दे बाल छोटे मेरे लाल हुसैन दे बाल छोटे सफरा विच रुला रुला मारे मौला करीम जनाब बीबी फातिमा तोजारा पाक खैरुन नसाज सलामुल्लाह अलैहा फरमा दिया ने ऐ मौला ए मैनू दसो ए वारस वारस पर्दियां दी ज़ैनब ती मेरी वारस पर्दियां दी ज़ैनब ती मेरी तेज दा सूरज ते चन हया कर दे वारस पर्दियां दी ज़ैनब ती मेरी तेज दा सूरज ते चन हया कर दे ते रुली विच बाजारां दे बेपरदा ते कूफी रहने जोरो जफा कर दे मौला मेरी बचली ज़ैनब जुदा पलकना वीर तो होन वाली 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 ज़ालम सामने कत्ल भरा कर दे 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 लाए दुर सकीना दे ज़ालमा ने लाए दुर सकीना दे ज़ालमा ने लाए दुर सकीना दे ज़ालमा ने ओनू सितम वखा वखा कर दे ओनू सितम वखा वखा कर दे ओनू सितम वखा वखा कर दे सितम वखा वखा कर दे ओनू सितम वखा वखा कर दे ओनू सितम वखा वखा कर दे ओनू सितम वखा वखा ओनू सितम वखा वखा कर दे ओनू सितम वखा वखा ओनू सितम वखा वखा कर दे ओनू सितम वखा वखा कर दे फिर बीबी पाक फरमांदे ने मौला करी मैनू दसो वे रब्बा करके कतल औलाद मेरी वे रब्बा करके कतल औलाद मेरी ते उत्ते लाशियां घोड़े पजाए इना सिर वड़ के चाड़ के नेजियां ते गली गली बाजार फराए इना सिर बढ़ के वे
ਰੱਬਾ ਮੈਨੂੰ ਇਹ ਦੱਸ ਵੇ ਤੱਤੀ ਰੇ ਤੂੰ ਤੇ ਮੇਰੇ ਫੁੱਲ ਨੂਰੀ ਵੇ ਤੱਤੀ ਰੇ ਤੂੰ ਤੇ ਮੇਰੇ ਫੁੱਲ ਨੂਰੀ ਤੋੜ ਸੱਚ ਦੇ ਰਹਿ ਪਲੀਦ ਕੂਫੀ ਤੋੜ ਸੱਚ ਦੇ ਰਹਿ ਪਲੀਦ ਕੂਫੀ ਇਹ ਕਤਲ ਨਾ ਤਾਂ ਕੁਰਾਨ ਨੂੰ ਨਹਿ ਕਰਦੇ ਕਤਲ ਨਾ ਤਾਂ ਕੁਰਾਨ ਨੂੰ ਰਹਿ ਕਰਦੇ ਪੜ ਪੜ ਮਜੀ ਮਜੀ ਪੜ ਪੜ ਕੁਰਾਨ ਮਜੀ ਇਹ ਪੜ ਪੜ ਕੁਰਾਨ ਮਜੀ ਕੂਫੀ ਪੜ ਪੜ ਕੁਰਾਨ ਮਜੀ ਕੂਫੀ ਹੱਥ ਆਬਦ ਬਿਮਾਰ ਮੁਹਾਰ ਦੇ ਕੇ ਹੱਥ ਆਬਦ ਬਿਮਾਰ ਮੁਹਾਰ ਦੇ ਕੇ ਹੱਥ ਆਬਦ ਬਿਮਾਰ ਮੁਹਾਰ ਦੇ ਕੇ ਇਹ ਦੁੱਖ ਦੇਣ ਦੇ ਰਹਿ ਬੇਦੀਦ ਕੂਫੀ ਦੁੱਖ ਦੇਣ ਦੇ ਰਹਿ ਬੇਦੀਦ ਕੂਫੀ ਦੁੱਖ ਦੇਣ ਦੇ ਰਹਿ ਬੇਦੀਦ ਕੂਫੀ ਉਹ ਦਰਖਾ ਕੁੜਾ ਕੇ ਸੈਦਾਂ ਦੀ ਮੌਲਾ ਮੈਨੂੰ ਹੋਰ ਦੱਸੋ ਮੇਰਾ ਇਨਸਾਫ ਸਭ ਤੋਂ ਪਹਿਲੇ ਹੋਵੇ ਸਾਰੇ ਹਸ਼ਰ ਨਾਲੋਂ ਮੌਲਾ ਮੇਰਾ ਪਹਿਲੇ ਇਨਸਾਫ ਕਰਨਾ ਹੈ ਜਨਾਬ ਫਾਤਮਾ ਤੋਂ ਜ਼ਾਰਾ ਪਾਕ ਖੈਰੁਨ ਨਸਾ ਦਾ ਫਰਮਾਨ ਮੇਰੀਆਂ ਨੂੰਹਾਂ ਤੇ ਧੀਆਂ ਦੇਖ ਚ ਪਰਦੇ ਇਹਨਾਂ ਕੂਫੀਆਂ ਰੱਜ ਰੁਲਾਇਆਂ ਨੇ ਇਹਨਾਂ ਕੂਫੀਆਂ ਰੱਜ ਰੁਲਾਈਆਂ ਨੇ ਵੇ ਰੱਬਾ ਪੁੱਛ ਲੈ ਇਹਨਾਂ ਜੇ ਸ਼ਰਮ ਕੀਤੀ ਵੇ ਰੱਬਾ ਪੁੱਛ ਲੈ ਇਹਨਾਂ ਜੇ ਸ਼ਰਮ ਕੀਤੀ ਕਿ ਅਲੀ ਨਬੀ ਦੀਆਂ ਜਾਈਆਂ ਨੇ ਵੇ ਰੱਬਾ ਪੁੱਛ ਲੈ ਰੱਬਾ ਪੁੱਛ ਲੈ ਇਹਨਾਂ ਜੇ ਸ਼ਰਮ ਕੀਤੀ ਕਿ ਅਲੀ ਨਬੀ ਦੀਆਂ ਜਾਈਆਂ ਨੇ ਵੇ ਰੱਬਾ ਸੁਣ ਮੇਰੀ ਗੱਲ ਜਨਾਬੇ ਬੀਬੀ ਫਾਤਮਾ ਤੋਂ ਜ਼ਹਰਾ ਪਾਕ ਫਰਮਾਉਂਦੀਆਂ ਨੇ ਨਾ ਹੀ ਮੈਂ ਦੁਖੀ ਨਾ ਏ ਬਾਪ ਸਿਰ ਤੇ ਜਿਹੜਾ ਵਿੱਚ ਨਮਾਜ਼ ਦੇ ਨਾਜ਼ ਵੇਖੇ ਜਿਹੜਾ ਵਿੱਚ ਨਮਾਜ਼ ਦੇ ਨਾਜ਼ ਵੇਖੇ ਜਿਹੜਾ ਵਿੱਚ ਨਮਾਜ਼ ਦੇ ਨਾਜ਼ ਵੇਖੇ ਚਾਰ ਮੋਢਿਆਂ ਉੱਤੇ ਖਟਾਣ ਵਾਲਾ ਚਾਰ ਮੋਢਿਆਂ ਸਿਰ ਤੇ ਨਾ ਏ ਕੋਲ ਨਾਨਾ ਆਲੀਸ਼ਾਨ ਵਾਲਾ ਤੇ ਜਿਹੜਾ ਵਿੱਚ ਨਮਾਜ਼ ਦੇ ਨਾਜ਼ ਵੇਖੇ ਤੇ
چار موڈیاں تے او کھڈان والا اے کیتا حسن نو پہلا شہید اینا پہلا شہید اینا حسن نو پہلا شہید اینا او جیڑا ویر دے درد ونڈان والا جیڑا ویر دے درد ونڈان والا میرے بچے دیا بچیاں روندیاں نو میرے بچے دیا بچیاں روندیاں نو کوئی نہیں سی چپ کران والا حسن نو پہلے شہید اینا تے جیڑا ویر دے درد ونڈان والا تے میرے بچے دیاں بچیاں روندیاں نو تے کوئی نہیں سی چپ کراؤن والا کوئی نہیں سی چپ کراؤن والا تبھی بھی پاک کہندے نے وکھو وکھ ربا میرے دل اُتے اجے پھٹ تازے جی جی دے نے پچھلی رات دے نال قرلات مینوں قبر دے نال لے گئی سغرا قاسم اکبر اصغر دی جدائی دا پھٹ وچ قبر دے نال لے گئی سغرا قاسم اصغر اکبر دی جدائی دا پھٹ تے جیویں لٹی گئی خانہ برباد بانو اے جیویں لٹی گئی خانہ برباد بانو تے اجے زینب نو یاد پرجائی دا پھٹ اجے زینب نو یاد پرجائی دا پھٹ اے کبرا حسن دی نو حسین دی دی کبرا حسن دی نو حسین دی دی اے چھیڑن والا نے دردہ ستائی دا پھٹ چھیڑن والا نے دردہ ستائی دا پھٹ اے جے میں پھٹی ہوئی دلے دے پھٹ کھولے رب عرش تیرا ہونے جائے
हुसैन दीदी ते छेड़न वाला ना दर्दा सताई दा फट छेड़न वाला ना दर्दा सताई दा फट जे मैं फटी हुई ए दिले दे फट खोले जे मैं फटी हुई दिले दे फट खोले रब्बा अर्श ते राहुने जाईदा फट रब्बा वे बन विच बन विच बने मेरे कुस देर है बन विच बने मेरे कुस देर है मैं ते कबर दे विच हलाल होई बन विच बने मेरे कुछ देर है बन विच बने मेरे कुछ देर है मैं ते कबर दे विच हलाल होई 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 वे रब्बा पूछ ले हशर गवा सारा रब्बा पूछ ले हशर गवा सारा रब्बा पूछ ले हशर गवा सारा मेरे जई ना किस दे नाल होई मेरे जई ना किस दे नाल बन विच बने मेरे कुछ देर है मैं ते कबर दे विच हलाल होई वे रब्बा पूछ ले वे हशर गवा सारा मेरे जई ना ओ किसे दे नाल होई किस दे अकबर ने बर्छियां खादियां ने किस दे अकबर ने बर्छियां खादियां ने किस दे अकबर ने बर्छियां खादियां ने अकबर ने बर्छियां खादियां ने कसम नाल किस दा सेरियां नाल कुठा कसम नाल किस दा सेरियां नाल कुठा बाजू किदे अब्बास दे गए कटे ओए ए बाजू किदे अब्बास दे गए कटे बाजू किदे अब्बास दे गए कटे किस दा क्या हुसैन लजपाल कुठा किस दा क्या हुसैन लजपाल कुठा किस दा क्या हुसैन लजपाल कुठा किस दे आबद बीमार जंजीर पाए किदे आबद बीमार जंजीर पाए ਇਹ ਕਿਸਤਾ ਨਾਲ ਤੀਰਾਂ ਅਸਗਰ ਬਾਲ ਪੁੱਠਾ ਕੋਈ ਪੁੱਛ ਤੇ ਪੁੱਛ ਲੈ ਸਾਰਿਆਂ ਨੂੰ ਕੋਈ ਹੈ ਤੇ ਪੁੱਛ ਲੈ ਕੋਈ ਹੈ ਤੇ ਪੁੱਛ ਲੈ ਸਾਰਿਆਂ ਨੂੰ ਕੋਈ ਹੈ ਤੇ ਪੁੱਛ ਲੈ ਸਾਰਿਆਂ ਨੂੰ ਕੋਈ ਹੈ ਤੇ ਪੁੱਛ ਲੈ ਸਾਰਿਆਂ ਨੂੰ ਕਿਸਤਾ ਵਾਂਗ ਮੇਰੇ ਵਾਲ ਵਾਲ ਪੁੱਠਾ ਕਿਸਤਾ ਵਾਂਗ ਮੇਰੇ ਵਾਲ ਹੋਰ ਇੱਕ ਦੱਸੋ ਜਨਾਬ ਬੀਬੀ ਪਾਕ ਫਰਮਾਉਂਦੀਆਂ ਨੇ ਇਹ ਕਿਦੀਆਂ ਨੂਆਂ ਤੇ ਤੀਆਂ ਕਿਦੀਆਂ ਨੂਆਂ ਤੇ ਤੀਆਂ ਪਰਦੇ ਸੁਰੂਲੀਆਂ ਕਿਦੀਆਂ ਨੂਆਂ ਤੇ ਤੀਆਂ ਪਰਦੇ ਸੁਰੂਲੀਆਂ ਤੇ ਕਿਦੇ ਖੈਮਿਆਂ ਨੂੰ ਅੱਗਾਂ ਲਾਈਆਂ ਨੇ ਤੇ ਕਿਤੇ ਖੈਮਿਆਂ ਨੂੰ ਅੱਗਾਂ ਲਾਈਆਂ ਨੇ
ਰੱਬਾ ਪੁੱਛ ਲੈ ਇਹਨਾਂ ਜੇ ਸ਼ਰਮ ਕੀਤੀ ਅਲੀ ਨਬੀ ਦੀਆਂ ਜਾਨ ਸਭ ਕੁਝ ਜਾਣਦੇ ਹੋ ਅਲੀਮੁਲ ਬਿਜ਼ਾਤੇ ਸਦੂਰ ਹੋ ਸਭ ਕੁਝ ਵੇਂਦੇ ਹੋ ਬੀਬੀ ਪਾ ਫਰਮਾਉਂਦੀਆਂ ਨੇ ਵੇ ਰੱਬਾ ਗੱਲ ਕਿਹੜੀ ਵੇ ਜਿਹੜੀ ਤੇਥੋਂ ਹੈ ਓਲੇ ਤੂੰ ਅਲੀਮੁਲ ਬਿਜ਼ਾਤੇ ਸਦੂਰ ਮੌਲਾ ਤੂੰ ਅਲੀਮੁਲ ਬਿਜ਼ਾਤੇ ਸਦੂਰ ਮੌਲਾ ਹੋਵੇ ਹੁਕਮ ਦਿਆਂ ਸਬੂਤ ਮੈਂ ਵੀ ਹੋਵੇ ਹੁਕਮ ਤੇ ਦਿਆਂ ਸਬੂਤ ਮੈਂ ਵੀ ਤੇਜ ਦਾ ਜ਼ਾਲਮਾ ਲੁੱਟਿਆ ਪੂਰ ਮੌਲਾ ਹੋਵੇ ਹੁਕਮ ਹੋਵੇ ਹੁਕਮ ਤੇ ਦਿਆਂ ਸਬੂਤ ਮੈਂ ਵੀ ਇਜਦਾ ਲੁੱਟਿਆ ਜ਼ਾਲਮਾ ਪੂਰ ਮੌਲਾ ਪਰੇ ਖੂਨ ਦੇ ਕੱਪੜੇ ਰੱਖ ਅੱਗੇ 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 ਕਹਿੰਦੀ ਰੱਬ ਦੇ ਵਿੱਚ ਹਜ਼ੂਰ ਮੌਲਾ ਕਹਿੰਦੀ ਰੱਬ ਦੇ ਵਿੱਚ ਹਜ਼ੂਰ ਮੌਲਾ ਕਹਿੰਦੀ ਰੱਬ ਦੇ ਵਿੱਚ ਅਜੇ ਵੇਖ ਲੈ ਮੇਰੇ ਆ ਬੱਚਿਆਂ ਦਾ ਅਜੇ ਵੇਖ ਲੈ ਮੇਰੇ ਆ ਬੱਚਿਆਂ ਦਾ ਅਜੇ ਵੇਖ ਲੈ ਮੇਰੇ ਆ ਬੱਚਿਆਂ ਦਾ ਖੂਨ ਸੱਜਰਾ ਬਾ ਦਸਤੂਰ ਮੌਲਾ ਖੂਨ ਸੱਜਰਾ ਬਾ ਲੋ ਬੀਬੀ ਪਾਕ ਜ਼ਾਤ ਰੱਬੁਲ ਆਲਮੀਨ ਦੇ ਸਾਹਮਣੇ ਬੀਬੀ ਪਾਕ ਜ਼ਾਤ ਰੱਬੁਲ ਆਲਮੀਨ ਦੇ ਸਾਹਮਣੇ ਕਿਹੜੀਆਂ ਕਿਹੜੀਆਂ ਚੀਜ਼ਾਂ ਅੱਗੇ ਵਿਖਾਣ ਲੱਗੇ ਨੇ ਮੈਦਾਨੇ ਕਰਬਲਾ ਵਾਲੀਆਂ ਸਬੂਤ ਦੇਣ ਲੱਗੇ ਨੇ ਮੌਲਾ ਇਹ ਵੀ ਆ ਮੌਲਾ ਇਹ ਵੀ ਆ ਮੌਲਾ ਇਹ ਵੀ ਆ ਉਹ ਚੀਜ਼ਾਂ ਜਿਹੜੀਆਂ ਜਿਹੜੀਆਂ ਬੀਬੀ ਪਾਕ ਵਿਖਾਈਆਂ ਨੇ ਮੈਦਾਨੇ ਮਾਸ਼ਰ ਵਿੱਚ ਉਹ ਮੈਂ ਗਿਣ ਕੇ ਦੱਸਣ ਲੱਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਬੀਬੀ ਪਾਕ ਨੇ ਵਿਖਾਈਆਂ ਖੁਦਾ ਪਾਕ ਨੂੰ ਪਹਿਲੇ ਪੱਗ ਜ਼ਖਮੀ ਆਪਣੇ ਬਾਪ ਵਾਲੀ ਪਹਿਲੇ ਪੱਗ ਜ਼ਖਮੀ ਆਪਣੇ ਬਾਪ ਵਾਲੀ ਤੇ ਬੀਬੀ ਜ਼ਾਤ ਦੇ ਅੱਗੇ ਟਿਕਾਈ ਜਾ ਬੀਬੀ ਜ਼ਾਤ ਦੇ ਅੱਗੇ ਟਿਕਾਈਏ ਜਾ ਇਹ ਵੀ ਨਾਲ ਹੁਸੈਨ ਦੇ ਹੋਈ ਜ਼ਖਮੀ ਤੇ ਜਾਂਦੇ ਵੀਰ ਨੂੰ ਭੈਣ ਬਣਾਈ ਜਾ ਉਹ ਪਹਿਲੇ ਪੱਗ ਜ਼ਖਮੀ ਆਪਣੇ ਬਾਪ ਵਾਲੀ ਤੇ ਬੀਬੀ ਜ਼ਾਤ ਦੇ ਅੱਗੇ ਟਿਕਾਈਏ ਜਾ ਇਹ ਵੀ ਨਾਲ ਹੁਸੈਨ ਦੇ ਹੋਈ ਜ਼ਖਮੀ ਤੇ ਜਾਂਦੇ ਵੀਰ ਨੂੰ ਭੈਣ ਬਣਾਈਏ ਚਾ ਫੇਰ ਸੋਹਣਾ ਚੋਲਾ ਹੁਸੈਨ ਵਾਲਾ ਫੇਰ ਸੋਹਣਾ ਏ ਚੋਲਾ ਹੁਸੈਨ ਵਾਲਾ ਫੇਰ ਸੋਹਣਾ ਏ ਚੋਲਾ ਹੁਸੈਨ ਵਾਲਾ ਬੀਬੀ ਚੁੱਕ ਆਹੀ ਬਾਹੀ ਮਾਰ ਦੀਏ ਬਾਹੀ ਮਾਰ ਦੀਏ ਬੀਬੀ ਚੁੱਕ ਆਹੀ ਬਾਹੀ ਮਾਰ ਦੀਏ ਰੱਬਾ ਵੇਖ ਹੁਸੈਨ ਦਾ ਇਹ ਚੋਲਾ ਹੁਸੈਨ ਦਾ ਰੌਣਕ ਉਜੜੀ ਜਿਹਦੇ ਗੁਲਜ਼ਾਰ ਦੀਏ ਰੌਣਕ ਉਜੜੀ ਜਿਹਦੇ ਰੌਣਕ ਉਜੜੀ ਜਿਹਦੇ ਗੁਲਜ਼ਾਰ ਦੀਏ
ਬੀਬੀਆਂ ਬਾਹੀ ਵਾਲੜਾ ਇੱਕ ਚੋਲਾ ਬੀਬੀ ਕੱਪੀਆਂ ਬਾਹੀਆਂ ਵਾਲੜਾ ਇੱਕ ਚੋਲਾ ਤੇ ਬੀਬੀ ਤਖਤ ਦੇ ਅੱਗੇ ਖਲਾਰ ਦੀਏ ਤੇ ਬੀਬੀ ਤਖਤ ਦੇ ਅੱਗੇ ਖਲਾਰ ਦੀਏ ਤੇ ਚੋਲਾ ਵੇਖ ਸਕੀਨਾ ਦੇ ਮਾਸ਼ਕੀ ਦਾ ਚੋਲਾ ਵੇਖ ਸਕੀਨਾ ਦੇ ਮਾਸ਼ਕੀ ਦਾ ਤੇ ਪਿਆ ਦੱਸਦਾ ਹੱਦ ਪਿਆਰ ਦੀ ਵੇਖ ਚੋਲਾ ਚੋਲਾ ਵੇਖ ਸਕੀਨਾ ਦੇ ਮਾਸ਼ਕੀ ਦਾ ਤੇ ਪਿਆ ਵੇਖਦਾ ਹੱਦ ਪਿਆਰ ਦੀ ਮੈਂ ਸਦਕੇ ਜਾ ਕਾਸਮ ਅਕਬਰ ਕਾਸਮ ਅਕਬਰ ਦੇ ਚੋਲੇ ਜਦੋਂ ਪੇਸ਼ ਕੀਤੇ ਕਾਸਮ ਅਕਬਰ ਦੇ ਚੋਲੇ ਜਦੋਂ ਪੇਸ਼ ਕੀਤੇ ਤੇ ਸਿਤਮ ਵੇਖ ਕੇ ਜ਼ਮੀਂ ਅਸਮਾਨ ਕੰਬਿਆ 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 ਇੱਕ ਨੰਨੇ ਜਿਹੇ ਚੋਲੇ ਤੇ ਤੀਰ ਤੱਕੇ ਇੱਜ਼ਤ ਐ ਕੁੱਲ ਕਾਇਨਾਤ ਦੇ ਵਾਰਿਸ ਇੱਕ ਗੱਲ ਦਾ ਮੈਨੂੰ ਜਵਾਬ ਜ਼ਰੇ ਨੇ ਦੇਣਾ ਜੇ ਬੀਬੀ ਪਾਕ ਫਰਮਾਉਂਦੀਆਂ ਨੇ ਮੌਲਾ ਨੂੰ ਤਖਤ ਨਸ਼ੀਨ ਹੋਏ ਨੇ ਨਾ ਤੇ ਬੀਬੀ ਪਾਕ ਸਾਰੀਆਂ ਗੱਲਾਂ ਕਰਨ ਲੱਗੇ ਨੇ ਫਰਮਾਉਂਦੀਆਂ ਨੇ ਇਹ ਬੀਬੀ ਆਖਦੀ ਸੁਣਿਆ ਨਾਲ ਸਾਡੇ ਅੱਜ ਕੂਫੀਆਂ ਵੈਰ ਮੁਕਾਇਆ ਸੀ ਬੀਬੀ ਆਖਦੀ ਕਿ ਸੁਣਿਆ ਨਾਲ ਸਾਡੇ ਕੋਈ ਕੂਫੀਆਂ ਵੈਰ ਮੁਕਾਇਆ ਸੀ ਮੇਰੇ ਇਸ ਮਾਸੂਮ ਨਾਦਾਨ ਅਸਗਰ ਦੱਸ ਕਿਸੇ ਦਾ ਕੀ ਗਵਾਇਆ ਸੀ ਦੱਸ ਕਿਸੇ ਦਾ ਕੀ ਗਵਾਇਆ ਸੀ ਅਜੇ ਮਾਂ ਨਾ ਵੇਖਿਆ ਰੱਜ ਚਿਹਰਾ ਅਜੇ ਮਾਂ ਨਾ ਵੇਖਿਆ ਰੱਜ ਚਿਹਰਾ ਅਜੇ ਮਾਂ ਨਾ ਵੇਖਿਆ ਰੱਜ ਚਿਹਰਾ ਸੂਰਾ ਭੈਣ ਨਾ ਰੱਜ ਖਿਡਾਇਆ ਸੀ ਸੂਰਾ ਭੈਣ ਨਾ ਰੱਜ ਖਿਡਾਇਆ ਸੀ ਅਜੇ ਮਾਂ ਨਾ ਵੇਖਿਆ ਰੱਜ ਚਿਹਰਾ ਅਜੇ ਮਾਂ ਨਾ ਵੇਖਿਆ ਰੱਜ ਚਿਹਰਾ ਸੂਰਾ ਭੈਣ ਨਾ ਰੱਜ ਖਿਡਾਇਆ ਸੀ ਸੂਰਾ ਭੈਣ ਨਾ ਰੱਜ ਖਿਡਾਇਆ ਇਹ ਤੀਰ ਮਾਰਿਆ ਜ਼ਾਲਮ ਬਾਲ ਤਾਈ ਤੀਰ ਮਾਰਿਆ ਜ਼ਾਲਮ ਬੈ ਤੀਰ ਮਾਰਿਆ ਜ਼ਾਲਮ ਬੈ ਤਿੰਨਾਂ ਦਿਨਾਂ ਦਾ ਅੱਗੇ ਤਰਿਹਾ ਤੀਰ ਮਾਰਿਆ
ਜ਼ਾਲਮਾਂ ਬਾਲ ਤਾਈ ਤੇ ਤਿੰਨਾਂ ਦਿਨਾਂ ਦਾ ਅੱਗੇ ਦਰਿਆਇਆ ਸੀ ਵੇ ਮੌਲਾ ਕਰੀ ਮੈਨੂੰ ਇਹ ਦੱਸ ਖੂਨ ਬੇਗੁਨਾਹ ਦਾ ਯਾ ਮੌਲਾ ਖੂਨ ਬੇਗੁਨਾਹ ਦਾ ਯਾ ਮੌਲਾ ਖੂਨ ਬੇਗੁਨਾਹ ਦਾ ਯਾ ਮੌਲਾ ਤੇਰੇ ਜ਼ਿਮੀ ਅਸਮਾਨ ਨਾ ਚੱਲਿਆ ਸੀ ਮੇਰੇ ਜ਼ਿਮੀ ਅਸਮਾਨ ਨਾ ਚੱਲਿਆ ਸੀ ਇਹ ਤੇਰੇ ਜ਼ਿਮੀ ਅਸਮਾਨ ਨਾ ਚੱਲਿਆ ਸੀ ਇਹ ਧੋਆ ਧੋ ਕੇ ਆਖਰ ਹੁਸੈਨ ਮੇਰੇ ਆਖਰ ਹੁਸੈਨ ਮੇਰੇ ਰੋ ਰੋ ਕੇ ਮੁਖ ਤੇ ਮੱਲਿਆ ਸੀ ਰੋ ਰੋ ਖੂਨ ਬੇ ਗੁਨਾਹ ਦਾ ਯਾ ਮੌਲਾ ਆ ਤੇਰੇ ਜ਼ਿਮੀ ਅਸਮਾਨ ਨਾ ਚੱਲਿਆ ਸੀ ਤੇ ਢੋਆ ਢੋ ਕੇ ਆਖਰ ਹੁਸੈਨ ਮੇਰੇ ਤੇ ਰੋ ਰੋ ਕੇ ਮੁਖ ਤੇ ਮੱਲਿਆ ਸੀ ਇਹ ਤਾਰੀਖ ਦੱਸਦੀ ਏ ਕਿ ਬੇਗੁਨਾਹ ਦਾ ਖੂਨ ਜ਼ਮੀਨ ਪੁਕਾਰ ਉੱਠੀ ਐ ਹੁਸੈਨ ਅਗਰ ਇਹ ਮਾਸੂਮ ਬੇਗੁਨਾਹ ਦਾ ਖੂਨ ਅਗਰ ਮੇਰੇ ਤੇ ਆ ਗਿਆ ਮੈਂ ਤਾਂ ਕਿਆਮਤ ਫਸਲ ਨਾ ਦਿਆਂਗੀ ਤੋ ਉਹ ਖੂਨ ਮੌਲਾ ਹੁਸੈਨ ਅਸਮਾਨ ਵੱਲ ਇਸ਼ਾਰਾ ਕੀਤਾ ਅਸਮਾਨ ਤੂੰ ਹੀ ਹਜ਼ਮ ਇਹਨੂੰ ਲੈ ਲੈ ਐਸ ਮੇਰੇ ਮਾਸੂਮ ਦੇ ਖੂਨ ਨੂੰ ਅਸਮਾਨ ਪੁਕਾਰ ਕਰ ਉੱਠਿਆ ਹੁਸੈਨ ਅਗਰ ਇਹ ਮਾਸੂਮ ਦਾ ਖੂਨ ਮੇਰੇ ਵੱਲ ਆ ਗਿਆ ਤਾਂ ਕਿਆਮਤ ਮੈਂ ਅਬਰੇ ਰਹਿਮਤ ਨਾ ਪਾਵਾਂਗਾ ਮਜਬੂਰੀ ਤੇ ਢੋਆ ਢੋ ਕੇ ਆਖਰ ਹੁਸੈਨ ਮੇਰੇ ਤੇ ਰੋ ਰੋ ਕੇ ਮੁਖ ਤੇ ਮੱਲਿਆ ਸੀ ਲਓ ਬੀਬੀ ਪਾਕ ਹੋਰ ਵੀ ਖਾਣ ਲੱਗੇ ਨੇ ਤੋਹਫੇ ਮੈਦਾਨ ਕਰਬਲਾ ਦੇ ਖੁਦਾ ਨੂੰ ਉਹ ਕਿਹੜੇ ਕਿਹੜੇ ਨੇ ਇੱਕ ਹੋਰ ਗੱਠੜੀ ਬੀਬੀ ਫੋਲ ਦੀ ਏ ਇੱਕ ਹੋਰ ਗੱਠੜੀ ਬੀਬੀ ਫੋਲ ਦੀ ਏ ਤੇ ਵਿੱਚ ਜਿਸ ਦੇ ਤੌਕ ਜ਼ੰਜੀਰ ਹੈ ਸਨ ਬਾਈ ਜਿਸ ਦੇ ਵਿੱਚ ਤੌਕ ਜ਼ੰਜੀਰ ਹੈ ਸਨ ਉੱਤੇ ਬੇੜੀਆਂ ਤੌਕ ਜ਼ੰਜੀਰ ਹੈ ਸਨ ਥੱਲੇ ਖੰਜਰ ਤਲਵਾਰਾਂ ਤੇ ਤੀਰ ਹੈ ਸਨ ਥੱਲੇ ਖੰਜਰ ਤਲਵਾਰਾਂ ਤੇ ਤੀਰ ਹੈ ਸਨ ਬੀਬੀ ਰੋ ਕੇ ਆਖਦੀ ਦੱਸ ਰੱਬਾ ਲਾਇਕ ਇਹਨਾਂ ਦੇ ਬੇਤਕਸੀਰ ਹੈ ਸਨ ਬੀਬੀ ਰੋ ਕੇ ਆਖਦੀ ਵੇ ਐ ਰੱਬਾ ਲਾਇਕ ਇਹਨਾਂ ਦੇ ਬੇਤਕਸੀਰ ਹੈ ਸਨ ਤੇ ਖੰਜਰ ਤੀਰ ਜਾਂ ਉਤਾਂ ਉਠਾਏ ਬੀਬੀ ਇਹ ਖੰਜਰ ਤੀਰ ਜਾਂ ਉਤਾਂ ਉਠਾਏ ਬੀਬੀ ਤੇ ਹੇਠ ਹੋਰ ਕੱਪੜੇ ਹੋਏ ਲੀਰੋ ਲੀਰ ਹੈ ਸਨ ਹੋਠ ਥੱਲੇ ਕੱਪੜੇ ਉਹ ਲੀਰਾਂ ਲੀਰਾਂ ਹੋਈਆਂ ਨੇ ਕੱਪੜੇ ਉਹ ਮੈਂ ਅਰਜ਼ ਕਰਾਂ ਕਿ ਬੀਬੀ ਪਾਕ ਨੇ ਉਹ ਕੱਪੜੇ ਕਿਤੇ ਦੱਸੇ ਨੇ ਜ਼ਾਤ ਰੱਬ ਦੀ ਨੂੰ ਮੌਲਾ ਆ ਮੇਰੀਆਂ ਚੀਜ਼ਾਂ ਵੇਖ ਮੈਦਾਨ ਨੇ ਕਰਬਲਾ ਦੀਆਂ ਰੱਬਾ
ਬੀਬੀ ਆਖਿਆ ਇਹ ਵਿਵੇਕ ਸੁਭਾ ਬੀਬੀ ਆਖਿਆ ਇਹ ਵਿਵੇਕ ਰੱਬਾ ਇਹ ਬੁਰਕੇ ਚਾਕ ਨੀ ਪਾਕ ਸ਼ਹਜ਼ਾਦੀਆਂ ਦੇ ਬੁਰਕੇ ਚਾਕ ਨੀ ਪਾਕ ਸ਼ਹਜ਼ਾਦੀਆਂ ਦੇ ਇਹ ਟੋਟੇ ਚਾਦਰਾਂ ਦੇ ਅੱਗੇ ਰੱਖ ਆਖੇ ਟੋਟੇ ਚਾਦਰਾਂ ਦੇ ਅੱਗੇ ਇਹ ਟੋਟੇ ਚਾਦਰਾਂ ਦੇ ਅੱਗੇ ਰੱਖ ਮੰਦੇ ਹਾਲ ਹੋਏ ਸੈਯਦਾਦੀਆਂ ਦੇ ਮੰਦੇ ਹਾਲ ਹੋਏ ਰੱਬਾ ਤੇ ਬੁਰਕੇ ਚਾਕ ਨੇ ਪਾਕ ਸ਼ਹਜ਼ਾਦੀਆਂ ਦੇ ਇਹ ਬੁਰਕੇ ਚਾਕ ਨੇ ਪਾਕ ਸ਼ਹਜ਼ਾਦੀਆਂ ਦੇ ਤੇ ਟੋਟੇ ਚਾਦਰਾਂ ਦੇ ਅੱਗੇ ਰੱਖ ਅੱਗੇ ਮੰਦੇ ਹਾਲ ਹੋਏ ਹਾਏ ਸੈਯਦ ਜ਼ਾਦੀਆਂ ਦੇ ਬੀਬੀ ਪਾਕ ਨੇ ਜਿਸ ਵਕਤ ਇਹ ਸਵਾਲ ਕੀਤੇ ਜਿਸ ਵਕਤ ਇਹ ਸਵਾਲ ਖੁਦਾ ਨੇ ਸੁਣ ਲੈ ਤੇ ਪਤਾ ਕੀ ਹੋਇਆ ਕਿ ਬੀਬੀ ਰੋ ਕੇ ਪੇਸ਼ ਸਵਾਲ ਕੀਤੇ ਤੇ ਅੱਗੋਂ ਲਾ ਜਵਾਬ ਖੁਦਾ ਹੋਇਆ ਬੀਬੀ ਰੋ ਕੇ ਪੇਸ਼ ਸਵਾਲ ਕੀਤੇ ਤੇ ਅੱਗੋਂ ਲਾ ਜਵਾਬ ਖੁਦਾ ਹੋਇਆ ਤੇ ਸਾਰੇ ਹਸ਼ਰ ਵਿੱਚ ਕੂਕ ਕੁਹਾ ਪੈ ਗਈ ਸਾਰੇ ਹਸ਼ਰ ਵਿੱਚ ਕੂਕ ਕੁਹਾ ਪੈ ਗਈ ਯਾਨੀ ਹਸ਼ਰ ਤੇ ਹਸ਼ਰ ਬਰਪਾ ਹੋਇਆ ਹਸ਼ਰ ਤੇ ਹਸ਼ਰ ਬਰਪਾ ਹੋਇਆ ਨਾਰਾ ਮਾਰ ਸੱਜੇ ਪਾਸੇ ਬੈਠੇ ਸੰਜਣਾ ਵਿਆਹ ਕੌ ਮੁਹੰਮਦ ਮੁਸਤਫਾ ਸੱਲ ਅਲਾਹੁ ਅਲੈਹਿ ਵਸੱਲਮ ਜਨਾਬ ਬੋਲ ਪਏ ਜਨਾਬ ਮੇਰੀ ਸਾਲ ਤੇ ਮਾਂ ਬੋਲ ਪਏ ਜਨਾਬ ਨੇ ਕੀ ਫਰਮਾਇਆ ਨਾਰਾ ਮਾਰ ਰਸੂਲ ਕਰੀਮ ਬੋਲੇ 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 ਇਹ ਬੇਟੀ ਰੋ ਨਾ ਜ਼ੁਲਮ ਨਹੀਂ ਕਾ ਹੋਇਆ ਨਾਰਾ ਮਾਰ ਰਸੂਲ ਕਰੀਮ ਬੋਲੇ ਨਾਰਾ ਮਾਰ ਰਸੂਲ ਕਰੀਮ ਬੋਲੇ ਬੇਟੀ ਰੋ ਨਾ ਜ਼ੁਲਮ ਨਿਕਾਹ ਹੋਇਆ ਬੇਟੀ ਰੋ ਨਾ ਜ਼ੁਲਮ ਨਿਕਾਹ ਹੋਇਆ ਇਹ ਅਸਾਂ ਖੂਨ ਥੀ ਉਮਤ ਦੇ ਐਬ ਤੋਂ ਤੇ ਅਸਾਂ ਖੂਨ ਥੀ ਉਮਤ ਦੇ ਐਬ ਤੋਂ ਤੇ ਅਸਾਂ ਖੂਨ ਥੀ ਉਮਤ ਦੇ ਐਬ ਤੋਂ ਤੇ ਸਾਡਾ ਹੱਕ ਸੀ ਹੱਕ ਅਦਾ ਹੋਇਆ ਸਾਡਾ ਹੱਕ ਅਸੀਂ ਸਬਰ ਵਾਲੇ ਤੇ ਰਜ਼ਾ ਵਾਲੇ ਸਾਡਾ ਹੱਕ ਸੀ ਹੱਕ ਅਦਾ ਮੌਲਾ ਪੰਜ ਤਨ ਪਾਕ ਬੱਚਿਆਂ ਸਣੇ ਸਲਾਮ ਤੋਂ ਆਬਾਦ ਰੱਖੇ ਇਹ ਬੀਬੀ ਪਾਕ ਨੇ ਸਵਾਲ ਕੀਤੇ ਹੁਣ ਖੁਦਾ ਦੀ ਜ਼ਾਤ ਜਵਾਬ ਦੇਣ ਲੱਗੇ ਇਹ ਬੀਬੀ ਪਾਕ ਦੇ ਸਵਾਲ ਹਨ ਔਰ ਅੱਗੇ ਜ਼ਾਤ ਰੱਬੁਲ ਆਲਮੀਨ ਦਾ ਜਵਾਬ ਹੈ ਬੀਬੀ ਪਾਕ ਸੁਣੋ ਗੌਰ ਨਾਲ
اللہ آکھیا اللہ آکھیا فاطمہ عدل سن لے اللہ آکھیا فاطمہ عدل سن لے داستان ساری ناروا تیری داستان ساری ناروا تیری اے عظمت ہاتھ دفتر تے ہاتھ قلم پھڑ لے عظمت اے دفتر تے ہاتھ قلم پھڑ لے کسے بخش نہ بخش اے رضا تیری اے دفتر بی بی پاک نو ملیا اللہ پاک ولو لا بی بی آپ دفتری کسے نو بخش نہ بخش اے تیری رضا ہے میرے کول تے ایہی ہو سکتا ہے تیرا انصاف بی بی پاک نو دفتر مل گیا تو بی بی پاک نے دفتر ہو کے کتھے پیش کیتا ہے دفتر چک کے خیر النساء زہرا دفتر چک کے خیر النساء زہرا تے رکھیا دو جگ دے مختار اگے دفتر چک کے دفتر چک کے خیر النساء زہرا تے رکھیا دو جگ دے مختار اگے تے کرنی ابا جی آجی انصاف میرا کرن ابا جی آج انصاف میرا تے بولے مصطفیٰ گے سو کھلا رگے دفتر پاک محمد رسول اللہ کے گیا تو جناب رسالت امام نے زلفاں کھول لیتی ہیں اپنی جناب فاطمہ تزارہ دے گے جناب نے زلفاں کھول لیتی ہیں تے فرمایا زلفاں کھول کے کہیں دے رہے اے میری امت بے ادبیاں کیتیاں نے او میدان کربلا وچ کو ہور نہیں سن مسلمان ہی سن میری امت بے ادبیاں کیتیاں نے 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 بیٹی میں تو شرمسار اگے بیٹی میں تے تو شرمسار اگے بیٹی میں تے تو شرمسار اگے بیٹی میں تے تو شرمسار اگے پھر آپ نے پکڑ کے او دفتر پھر آپ نے پھاڑ کے پھر آپ نے پھاڑ کے او دفتر رکھیا علی دی پاک سرکار اگے رکھیا علی دی پاک سرکار اگے رکھیا بی بی میں زلفاں اس واسطے آپ اگے کھلاریاں نے کہ میری امت بے ادبیاں کیتیاں نے بیٹی میں تے تھو شرمسار اگے پھر آپ نے پھڑ کے او دفتر تے رکھیا علی دی پاک سرکار اگے او میں صدقے جاں جس وی علی پاک کے دفتر آیا تو سرکار نے فرمایا منہ آکھیا میرا انصاف بیٹی منہ آکھیا میرا انصاف بیٹی کی اج او بہشتاں نو جاف سی گا اج او بہشتاں نو جاف سی گا کون اے جی دی چکر تے علی امامہ کدا اے جی دی ٹکٹ تے علی اے جی دی ٹکٹ تے علی امام عظمت کو نجات دی لا سیگا عظمت کو نجات سیگا سیگا عظمت کو نجات دی لا سیگا عظمت کو نجات دی لا سیگا عظمت کو نجات دی لا سیگا
منتخب قوالیاں آواز کی دنیا کے معروف ادارے محفل ریکارڈنگ سینٹر لاہور کی طرف سے پیش کی گئیں۔ ریڈیو پاکستان لاہور کے اناؤنسر ضمیر فاطمی کو اجازت دیجیے، خدا حافظ۔